ਦੋਸਤੋ ਇਸ ਬੰਦੇ ਨੇ ਇੱਕ ਵੀਡੀਓ ਪਾ ਕੇ ਪੂਰੀ ਭਾਜਪਾ ਸਰਕਾਰ ਪੂਰੀ ਮੋਦੀ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ। ਹਾਂਜੀ ਦੋਸਤੋ, ਇਸ ਦਾ ਨਾਂ ਹੈਗਾ ਜੀ ਧਰੁਵ ਰਾਥੀ। ਮੈਂ ਤੁਹਾਨੂੰ ਪੰਜਾਬੀ 'ਚ ਐਕਸਪਲੇਨ ਕਰਾਂ ਕਿ ਇਹਨੇ ਕੀ ਵਿਖਾਇਆ। ਤਾਂ ਦੋਸਤੋ, ਇਹਨੇ ਮੋਦੀ ਦੀ ਡਿਕਟੇਟਰਸ਼ਿਪ ਦਿਖਾਈ ਹੈ ਜੀ, ਅਤੇ ਮੋਦੀ ਕਿੱਦਾਂ ਵੋਟ ਬੈਂਕ ਹਾਸਲ ਕਰਦਾ ਉਹ ਦਿਖਾਇਆ ਗਿਆ, ਅਤੇ ਪਲੱਸ ਪੁਆਇੰਟ ਇਹ ਜੀ ਆਪਣੇ ਕਿਸਾਨ ਅੰਦੋਲਨ ਨੂੰ ਇਹਨੇ ਸਮਰਪਿਤ ਕੀਤਾ, ਉਸਦੀ ਯਾਨੀ ਕਿ ਪ੍ਰਸ਼ੰਸਾ ਕੀਤੀ ਆ ਵੀ ਕਿਸਾਨਾਂ ਨੂੰ ਪੂਰਾ ਹੱਕ ਆ ਅੰਦੋਲਨ ਕਰਨ ਦਾ। ਜੋ ਵੀ ਆਪਣੇ 'ਤੇ ਅੱਤਿਆਚਾਰ ਹੋਏ ਆ, ਇਸ ਵੀਰ ਨੇ ਆਪਣੀ ਵੀਡੀਓ ਦੇ ਵਿੱਚ ਪੂਰੇ ਤੱਥਾਂ ਦੇ ਨਾਲ ਸਮਝਾਇਆ ਕਿ ਇਹ ਬਿਲਕੁਲ ਗਲਤ ਕਰ ਰਿਹਾ ਨਰਿੰਦਰ ਮੋਦੀ। ਇਸ ਵੀਰ ਨੇ ਇਹ ਵੀ ਦੱਸਿਆ ਵੀ ਇਹ ਰਸ਼ੀਆ ਦਾ ਪੁਤਿਨ ਬਣਨਾ ਚਾਹੁੰਦਾ ਅਤੇ ਚਾਈਨਾ ਦਾ ਕਿੰਗ ਸ਼ੈਮ ਬਣਨਾ ਚਾਹੁੰਦਾ, ਨੌਰਥ ਕੋਰੀਆ ਦਾ ਇਹ ਰਾਜਾ ਬਣਨਾ ਚਾਹੁੰਦਾ, ਜਿਵੇਂ ਕਿ ਉਹਨਾਂ ਦੀਆਂ ਸਰਕਾਰਾਂ ਕਰਦੀਆਂ ਉਵੇਂ ਹੀ ਨਰਿੰਦਰ ਮੋਦੀ ਕਰਨ ਜਾ ਰਿਹਾ, ਕਿਉਂਕਿ ਵਨ ਨੇਸ਼ਨ ਵਨ ਪਾਰਟੀ। ਹੁਣ ਇਹਦਾ ਇਰਾਦਾ ਪੁਤਿਨ ਵਾਂਗੂ ਐਂ ਆ ਵੀ ਜਿਹੜਾ ਮੇਰੇ ਬਰਾਬਰ ਖੜੂਗਾ, ਜਿਵੇਂ ਕਿ ਪੁਤਿਨ ਕਰਦਾ ਸੀ ਰਸ਼ੀਆ ਦਾ, ਜਾਂ ਤਾਂ ਉਸਦੇ ਕਾਗਜ਼ ਰੱਦ ਕਰਾ ਦਿੰਦਾ ਸੀ, ਜਾਂ ਉਹਨੂੰ ਗੋਲੀ ਮਾਰ ਦਿੰਦਾ ਸੀ, ਅਤੇ ਜਾਂ ਉਹਨੂੰ ਮਰਵਾ ਦਿੰਦਾ ਸੀ। ਨੌਰਥ ਕੋਰੀਆ 'ਚ ਇੱਦਾਂ ਹੀ ਹੁੰਦਾ ਸੀ। ਨੌਰਥ ਕੋਰੀਆ 'ਚ ਵੀ ਇੱਦਾਂ ਹੁੰਦਾ ਵੀ ਜੇਕਰ ਜਿਹੜਾ ਵੀ ਹੁਣ ਉੱਥੋਂ ਦਾ ਉਹ ਆ ਮੰਤਰੀ ਲਾ ਲਓ ਤੁਸੀਂ, ਰਾਸ਼ਟਰਪਤੀ ਲਾ ਲਓ ਜਾਂ ਉੱਥੋਂ ਦਾ ਰਾਜਾ ਲਾ ਲਓ, ਜਿਹੜਾ ਉੱਥੋਂ ਦਾ ਰਾਜਾ ਉਹ ਕੀ ਕਰਦਾ ਵੀ ਜਿਹੜਾ ਉਹਨੂੰ ਵੋਟ ਪਾਉਂਦਾ ਠੀਕ ਆ, ਜਦੋਂ ਉਹ ਜਿੱਤ ਜਾਂਦਾ ਸੀ ਤਾਂ ਜਿੰਨੇ ਵੋਟ ਉਹਨੂੰ ਨਹੀਂ ਪਾਈ ਸੀ ਉਹਦੇ ਤੋਂ ਘਰ ਵੀ ਖੋਹ ਲੈਂਦਾ ਸੀ ਅਤੇ ਉਹਦੀ ਨੌਕਰੀ ਵੀ ਖੋਹ ਲੈਂਦਾ ਸੀ। ਅਤੇ ਅੱਜ ਦੀ ਡੇਟ ਵਿੱਚ ਨੌਰਥ ਕੋਰੀਆ ਵਿੱਚ ਕੋਈ ਵੀ ਇਹੋ ਜਿਹਾ ਬੰਦਾ ਨਹੀਂ ਜਿਹੜਾ ਉਹਨੂੰ ਵੋਟ ਨਹੀਂ ਪਾਉਂਦਾ। ਉਸਨੇ ਆਹ ਸਲੂਕ ਕੀਤਾ ਸੀ ਵੀ ਜਿੰਨੇ ਉਸਨੂੰ ਵੋਟ ਨਹੀਂ ਨਾ ਪਾਈ ਸੀ ਜਦੋਂ ਉਹ ਜਿੱਤਿਆ ਸੀ, ਤਾਂ ਜਿੰਨੇ ਉਹਨੂੰ ਵੋਟ ਨਹੀਂ ਪਾਈ ਸੀ ਉਸਦਾ ਘਰ ਅਤੇ ਉਸਦਾ ਨੌਕਰੀ ਉਹਨੇ ਖੋਲ੍ਹੀ ਸੀ ਵੀ ਤਾਂ ਜੋ ਨੈਕਸਟ ਟਾਈਮ ਉਹ ਵੋਟ ਮੈਨੂੰ ਪਾਵੇ। ਉੱਥੇ ਵੀ ਹੁਣ ਇੱਦਾਂ ਹੁੰਦਾ ਰਿਹਾ, ਪਿਛਲੇ 20 ਸਾਲਾਂ ਤੋਂ ਇੱਕ ਹੀ ਯਾਨੀ ਕਿ ਰਾਜਾ ਬਣ ਰਿਹਾ, ਪ੍ਰਾਈਮ ਮਿਨਿਸਟਰ ਕਹਿ ਲਓ ਚਾਹੇ ਰਾਸ਼ਟਰਪਤੀ ਕਹਿ ਲਓ। ਇੱਦਾਂ ਹੀ ਹੁਣ ਮੋਦੀ ਆਪਦੇ ਲੱਛਣਾਂ 'ਤੇ ਆ ਗਿਆ, ਇੱਦਾਂ ਹੀ ਉਹ ਕਰਨ ਜਾ ਰਿਹਾ, ਭਾਜਪਾ ਸਰਕਾਰ ਵੀ ਇੱਦਾਂ ਕਰ ਰਹੀ ਹੈ। ਤਾਂ ਦੋਸਤੋ, ਕਿੱਦਾਂ EID, ਕਿੱਦਾਂ ਇਨਕਮ ਟੈਕਸ ਦੀ ਰੇਡ ਪਵਾ ਕੇ, CIB ਦੀ ਰੇਡ ਪਵਾ ਕੇ ਵੱਡੇ ਵੱਡੇ ਲੀਡਰ ਨੇ ਜੇਲ੍ਹਾਂ 'ਚ ਤੁੰਨੇ, ਜੇਕਰ ਉਹ ਭਾਜਪਾ ਸਰਕਾਰ ਨੂੰ ਜੁਆਇਨ ਕਰਦੇ ਆ ਤਾਂ ਉਹ ਸਾਰੇ ਯਾਨੀ ਕਿ ਵਾਸ਼ ਹੋ ਜਾਣਗੇ, ਜਿਵੇਂ ਕਿ ਕਹਿ ਜਾਂਦੇ ਨਾ ਵੀ ਮੋਦੀ ਦੀ ਵਾਸ਼ਿੰਗ ਮਸ਼ੀਨ ਦੇ ਵਿੱਚ ਜੇਕਰ ਕੋਈ ਆ ਗਿਆ ਤਾਂ ਸਾਰਿਆਂ ਦੇ ਜਿਹੜੇ ਪਾਪ ਆ ਉਹ ਧੋਤੇ ਜਾਂਦੇ ਆ। ਇਹ ਕਾਫੀ ਮਸ਼ਹੂਰੀ ਵੀ ਆਈ ਸੀ, TV 'ਤੇ ਬਹੁਤ ਮਸ਼ਹੂਰ ਹੋਇਆ ਸੀ ਇਹ। ਅਤੇ ਇਸ ਬੰਦੇ ਨੇ ਜੀ ਇੱਕ ਵੀਡੀਓ ਪਾਈ, ਇੱਕ ਵੀਡੀਓ ਪਾ ਕੇ ਉਸ ਵੀਡੀਓ 'ਤੇ ਘੱਟੋ ਘੱਟ ਜੀ 1.5 ਕਰੋੜ ਦੇ ਲਗਭਗ ਵਿਊ ਆ ਚੁੱਕਿਆ। ਉਹ ਵੀਡੀਓ ਇੰਨੀ ਚੱਲੀ, ਉਹਦੇ 'ਚ ਦੋਸਤੋ ਤੱਥ ਸਬੂਤ ਦੇ ਨਾਲ ਉਹ ਵੀਡੀਓ ਪਾਈ ਗਈ, ਅਤੇ ਗੋਦੀ ਮੀਡੀਆ ਨੂੰ ਗੱਲ ਨਹੀਂ ਆਉਂਦੀ। ਗੋਦੀ ਮੀਡੀਆ ਐਵੇਂ ਹੀ ਕਹੀ ਜਾਂਦਾ ਵੀ ਅੰਡ ਬੰਡ ਬਾਹਰ ਬੈਠੇ ਧਰੁਵ ਰਾਥੀ ਨੇ ਵੀਡੀਓ ਪਾ ਦਿੱਤੀ, ਜੇਕਰ ਇੰਡੀਆ 'ਚ ਹੁੰਦਾ ਉਹਦਾ ਕੀ ਹਾਲ ਹੁੰਦਾ। ਤਾਂ ਦੋਸਤੋ, ਇੱਕ ਯੂਟਿਊਬਰ ਨੇ ਪਹਿਲ ਕੀਤੀ, ਹਾਲਾਂਕਿ ਇਹ ਕੰਮ ਗੋਦੀ ਮੀਡੀਆ ਦਾ ਸੀ, ਉਹਨਾਂ ਦੇ ਪੱਤਰਕਾਰਾਂ ਦਾ ਸੀਗਾ ਕੰਮ ਵੀ ਸਵਾਲ ਪੁੱਛਣਾ, ਜਿਹੜਾ ਕਿ ਅੱਜ ਧਰੁਵ ਰਾਥੀ ਨੇ ਜਿਹੜੇ ਸਵਾਲ ਕੀਤੇ ਨਾ ਤੱਥਾਂ ਸਹਿਤ ਸਬੂਤ ਸਹਿਤ, ਉਹਨਾਂ ਦਾ ਅਗਰ ਜੇ ਭਾਜਪਾ ਤੋਂ ਜਵਾਬ ਨਾ ਦਿੱਤਾ ਗਿਆ, ਭਾਜਪਾ ਨੇ ਉਹਨਾਂ ਸਵਾਲਾਂ ਦਾ ਜਵਾਬ ਨਾ ਦਿੱਤਾ, ਤਾਂ ਕਿਤੇ ਨਾ ਕਿਤੇ ਭਾਜਪਾ ਸਰਕਾਰ ਆਉਣ ਵਾਲੇ ਸਮੇਂ 'ਚ ਖਤਰੇ 'ਚ ਆ। ਬਹੁਤ ਵੱਡੇ ਸਵਾਲ ਇਸ ਵੀਡੀਓ ਨੇ ਚੱਕਤੇ ਨੇ ਦੋਸਤੋ। ਇਹ ਹਿੰਦੀ 'ਚ ਵੀਡੀਓ ਆ, ਇਸ ਬੰਦੇ ਦੀ ਸਪੋਰਟ ਵੀ ਪੰਜਾਬੀ ਉਹ ਤੁਸੀਂ ਕਰਨੀ ਆ, ਅਤੇ ਇਸ ਦੀ ਵੀਡੀਓ ਵੀ ਵੱਧ ਤੋਂ ਵੱਧ ਸ਼ੇਅਰ ਕਰਨੀ ਆ। ਧਰੁਵ ਰਾਥੀ ਇਸ ਬੰਦੇ ਦਾ ਨਾਂ, ਇਸ ਬੰਦੇ ਨੇ ਪਹਿਲੀ ਵਾਰ ਹਿੰਮਤ ਕੀਤੀ ਆ ਨਰਿੰਦਰ ਮੋਦੀ ਦੇ ਸਾਹਮਣੇ ਬੋਲਣ ਦੀ, ਭਾਜਪਾ ਸਰਕਾਰ ਦੇ ਸਾਹਮਣੇ ਬੋਲਣ ਦੀ, ਅਤੇ ਤੱਥਾਂ ਸਮੇਤ ਸਬੂਤ ਸਮੇਤ ਇਹਨੇ ਵੀਡੀਓ ਪਾਈ ਆ, ਅਤੇ ਭਾਜਪਾ ਸਰਕਾਰ ਨੇ ਹਜੇ ਤੱਕ ਇਸ ਦੀ ਵੀਡੀਓ ਦਾ ਕੋਈ ਵੀ ਰਿਪਲਾਈ ਨਹੀਂ ਦਿੱਤਾ, ਨਾ ਕਿਸੇ ਪੱਤਰਕਾਰ ਨੇ, ਨਾ ਕਿਸੇ ਗੋਦੀ ਮੀਡੀਆ ਨੇ। ਉਲਟਾ ਕੋਰਟ ਕੇਸ ਕਰ ਦਿੱਤਾ ਗਿਆ ਇਸ ਉੱਪਰ, ਅਤੇ ਉਲਟਾ ਯਾਨੀ ਕਿ ਹੁਣ ਸੱਤਾ 'ਤੇ ਹੈਗੇ ਅਤੇ ਰਾਜੇ ਹੈਗੇ ਆ, ਅਤੇ ਕੋਸ਼ਿਸ਼ ਆ ਉਹਨਾਂ ਦੀ ਇਹਨੂੰ ਮਰਵਾਉਣ ਦੀ।